रहमान रहीम। अस्सलाम वालेकुम भैन भ्राओ दोस्तों बुजुर्गो, सब ठीक ठाक हो सो तुसा? मैं भी ठीक ठाक हाँ। उम्मीद करना सा सारे जिते भी हो सो अल्लाह ताला ने जो मान चो सो तो खैर खरीद ना सो तो खुशबाश हो सो। दोस्तों तुसा तकने पे हो अपना फैमिली चैनल कामरान शहजाद कश्मीरी। दोस्तों अज तुसा खिदमत एक नई वीडियो लैके हाजिर होया। दोस्तों अज अल्लाह ने रहमत हो रही है, बारिश हो रही है माशाल्लाह, तो बहुत खूबसूरत मौसम हो गया खुशगवार, तो बारिश भी माशाल्लाह तेज़ लगी है। ਅੱਜ ਤੁਸੀਂ ਜਿਹੜੀ ਬਾਰਿਸ਼ ਹੋ ਰਹੀ ਹੈ ਇਸ ਨਾਲ ਵਿਜ਼ਿਟ ਕਰਾਸਾਂ, ਤਾਂ ਆਪਣੇ ਗਾਓ ਵਿੱਚੋਂ ਨੂੰ ਚੱਕ ਵੀ ਜਿਹੜੇ ਬਾਰਿਸ਼ ਤੋਂ ਬਾਅਦ ਮਸਲੇ ਮਸਾਇਲ ਹੋਣੇ ਨਾ, ਕੀਚੜ ਤੈ ਰਸਤੇ ਵਿੱਚ ਤਾਂ ਪਾਣੀ ਗਲੀਆਂ 'ਚ ਖਲ ਜਾਣਾ ਹੈ, ਉਸ ਨਾਲ ਵਿਜ਼ਿਟ ਕਰਾਸਾਂ। ਤਾਂ ਉਮੀਦ ਕਰਨਾ ਸਾਰੀ ਨਹੀਂ ਮੇਰੀ ਵੀਡੀਓ ਲਾਈਕ ਕਰ ਸੋ ਅਤੇ ਸ਼ੇਅਰ ਕਰ ਸੋ ਵੀਡੀਓ ਦੋਸਤੋ ਸਾਰੀ ਤੱਕੇ ਲਾਈਕ ਕਮੈਂਟਸ ਲਾਜ਼ਮੀ ਕਰੇ। ਅਤੇ ਜਿਨ੍ਹਾਂ ਦੋਸਤਾਂ ਯਾਰਾਂ ਮੇਰਾ ਚੈਨਲ ਨਵਾਂ ਓਪਨ ਕੀਤਾ ਉਹਨਾਂ ਦੀ ਰਿਕੁਐਸਟ ਹੈ, ਸਭ ਤੋਂ ਪਹਿਲੇ ਮੇਰੇ ਚੈਨਲ ਕੀ ਸਬਸਕ੍ਰਾਈਬ ਕਰੋ, ਨਾਲ ਹੀ ਘੰਟੀ ਦਾ ਬਟਨ ਲਾਜ਼ਮੀ ਕਲਿੱਕ ਕਰੇ ਤਾਂ ਕਿ ਜਦੋਂ ਮੈਂ ਨਈ ਵੀਡੀਓ ਲਾਂ ਤਾਂ ਤੁਸੀਂ ਮੇਰੀ ਨਈ ਵੀਡੀਓ ਨਾਲ ਨੋਟੀਫਿਕੇਸ਼ਨ ਬਾਸਾਨੀ ਮਿਲ ਜਾਇਆ ਕਰੇ, ਤਾਂ ਤੁਸੀਂ ਮੇਰੀ ਨਈ ਵੀਡੀਓ ਤੱਕ ਲਾਇਕ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਆਓ ਦੋਸਤੋ ਹੁਣ ਤੁਸੀਂ ਬਾਰਿਸ਼ ਨਾਲ ਵਿਜ਼ਿਟ ਕਰਾਂ। ਦੋਸਤੋ ਅੱਜ ਵੀ ਬਾਰਿਸ਼ ਬਾਈ ਨੇ, ਤਾਂ ਵੱਖਰੇ ਵੱਖਰੇ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਕੱਲ੍ਹ ਬਾਰਿਸ਼ ਜਿਹੜੀ ਹੈ ਉਹ ਵੀ ਦੱਸੀ ਨੇ ਨੈੱਟ ਪਰ, ਜ਼ਿਆਦਾ ਬਾਰਿਸ਼ ਹੋ ਸੀ ਇਸ ਤੋਂ। ਸਾਰੇ ਸ਼ਹਿਰਾਂ ਇਸਲਾਮਾਬਾਦ, ਜੇਹਲਮ, ਲਾਹੌਰ, ਸਾਰੇ ਬਾਰਿਸ਼ਾਂ ਹੋ ਰਹੀਆਂ ਨੇ। ਦੋਸਤੋ ਤੱਕੋ ਬਾਰਿਸ਼ ਬਹੁਤ ਤੇਜ਼ ਹੋ ਰਹੀ ਹੈ, ਅੱਲਾਹ ਦੀ ਰਹਿਮਤ ਬਰਸ ਰਹੀ ਹੈ। ਬਾਰਿਸ਼ ਜਿਹੜਾ ਇੱਕ ਇਧਰੋਂ ਹੈ ਵੀ ਸਹੀ ਹੈ, ਮਤਲਬ ਸਰਦੀ ਦੁਬਾਰਾ ਹੋ ਜਾ ਸੀ, ਗਰਮੀ ਲੇਟ ਆਫ ਸੀ, ਪਰ ਨੁਕਸਾਨ ਵੀ ਹੈ ਵੈ ਕਿਉਂ ਲਾ ਗੰਦਮ ਹੁਣ ਤਿਆਰ ਸੀ, ਜਿਹਨਾਂ ਬੰਦਿਆਂ ਗੰਦਮ ਲਾਈ ਸੀ ਉਹਨਾਂ ਨੇ ਕਣਕਾਂ ਜਿਹੀਆਂ ਹੁਣ ਤਿਆਰ ਸਨ, ਤਾਂ ਹੁਣ ਕਣਕਾਂ ਉਹਨਾਂ ਕਟਾਈ ਕਰਨੀਆਂ ਸਨ। ਅਤੇ ਬਾਰਿਸ਼ ਹੋ ਰਹੀ ਹੈ, 2-3 ਦਿਨ ਹੋ ਗਏ ਨੇ ਵੱਖਰੇ ਵੱਖਰੇ ਨਾਲ, ਇਸ ਨਾਲ ਕਣਕਾਂ ਨਾਲ ਨੁਕਸਾਨ ਹੋ ਸੀ, ਅਤੇ ਫਿਰ ਆਟਾ ਮਹਿੰਗਾ ਹੋ ਗਿਆ ਸੀ, ਅਤੇ ਫਿਰ ਗਰੀਬ ਆਮ ਜਿਹੜੀ ਹੈ ਉਹ ਆਟਾ ਮਹਿੰਗਾ ਲੈਣ ਪਰ ਮਜਬੂਰ ਹੋ ਗਿਆ ਸੀ। ਬਾਰਿਸ਼ ਵੱਖਰੇ ਵੱਖਰੇ ਨਾਲ ਤੱਕੋ ਦੋਸਤੋ ਲੱਗੀ ਹੈ, ਤੱਕੋ ਉੱਪਰ ਬਾਦਲ ਅਜੇ ਬੜਤੇ ਨੇ, ਚਾਹ ਤਾਂ ਰਾਤ ਕੀ ਫਿਰ ਬਾਰਿਸ਼ ਹੋਵੇ, ਕਾਲੇ ਬਾਦਲ ਛਾਏ ਨਾ ਅਸਮਾਨ ਉੱਪਰ। ਤੱਕੋ ਦੋਸਤੋ ਬਾਰਿਸ਼ ਫਿਰ ਤੇਜ਼ ਹੋ ਗਈ ਹੈ, ਕੜੀ ਆਸਤਾ ਹੋਣੀ ਹੈ, ਕੜੀ ਤੇਜ਼ ਹੋਣੀ ਹੈ, ਹੁਣ ਤੱਕੋ ਕਿਤਨੀ ਤੇਜ਼ ਬਾਰਿਸ਼ ਲੱਗੀ ਹੈ ਮਾਸ਼ਾਅੱਲਾ ਸੁਬਹਾਨ ਅੱਲਾ, ਅੱਲਾਹ ਤਾਲਾ ਦੀ ਰਹਿਮਤ ਬਰਸ ਰਹੀ ਹੈ। ਮਾਸ਼ਾਅੱਲਾ ਤੱਕੋ ਜੀ ਕਿਤਨੀ ਤੇਜ਼ ਬਾਰਿਸ਼ ਹੋ ਰਹੀ ਹੈ।
ਜਦੋਂ ਬਾਰਿਸ਼ ਰੁਕ ਸੀ ਤਾਂ ਤੁਸੀਂ ਆਪਣੇ ਗਾਓਂ ਨਾਲ ਬਾਹਰ ਵਿਊ ਕਰਾਸਾਂ, ਬਸ ਅਸਾਂ ਗਾਓਂ 'ਚ ਬਾਰਿਸ਼ ਜਿਲ੍ਹਾ ਹੋ ਜਾਏ ਤਾਂ ਕਿਆ ਮੁਸ਼ਕਲਾਂ ਹੋਣੀਆਂ ਨੇ, ਅਤੇ ਕੀਚੜ ਅਤੇ ਪਾਣੀ ਰਸਤਿਆਂ 'ਚ ਰੁਕ ਜਾਣਾ ਮੈਂ। ਸ਼ਹਿਰਾਂ 'ਚ ਬਾਰਿਸ਼ਾਂ ਆਉਣ ਤਾਂ ਦੋਸਤੋ ਮਸਲੇ ਮਸਾਇਲ ਤਾਂ ਹੋ ਜਾਣੇ ਨੇ, ਪਰ ਗ੍ਰਾਮਾਂ 'ਚ ਜਿਲ੍ਹਾ ਬਾਰਿਸ਼ਾਂ ਜ਼ਿਆਦਾ ਆਵਣ, ਜ਼ਿਆਦਾ ਬਾਰਿਸ਼ ਹੋਵੇ ਤਾਂ ਗ੍ਰਾਮ 'ਚ ਜਗ੍ਹਾ ਜਗ੍ਹਾ ਕੀਚੜ ਹੋ ਜਾਣਾ ਮੈਂ ਰਸਤਿਆਂ ਵਿੱਚ, ਕਿਉਂ ਜ਼ਮੀਨਾਂ ਕੱਚੀਆਂ ਹੋਣੀਆਂ ਨੇ ਜ਼ਿਆਦਾ, ਤਾਂ ਨਿਕਾਸੀ ਨਾਲ ਬੰਦੋਬਸਤ ਕੋਈ ਨਹੀਂ ਹੋਣਾ, ਗਲੀਆਂ ਵਿੱਚ ਵੀ ਪਾਣੀ ਰੁਕ ਜਾਣਾ ਮੈਂ, ਤਾਂ ਰਸਤਿਆਂ ਵਿੱਚ ਵੀ ਪਾਣੀ ਅਤੇ ਕੀਚੜ ਹੋ ਜਾਣਾ ਮੈਂ, ਅਤੇ ਫਿਰ ਜਿਹੜੇ ਬੰਦੇ ਅੱਗੇ ਪਿੱਛੇ ਜਾਣੇ ਨੇ ਪੈਦਲ ਉਹਨਾਂ ਵਾਸਤੇ ਮੁਸ਼ਕਲਾਂ ਹੋਣੀ ਹੈ। ਇਹ ਤੱਕੋ ਦੋਸਤੋ ਕਾਲੇ ਬਾਦਲ ਤੁਸੀਂ ਨਜ਼ਰ ਆ ਰਹੇ ਨੇ ਉੱਪਰ, ਦੋਸਤੋ ਬਾਰਿਸ਼ ਹੁਣ ਰੁਕ ਗਈ ਹੈ ਅਤੇ ਹੁਣ ਮੈਂ ਜੁਲਸਾਂ ਬਾਹਰ, ਤੁਸੀਂ ਆਪਣੇ ਗਾਓਂ ਨਾਲ ਥੋੜ੍ਹਾ ਵਿਜ਼ਿਟ ਕਰਾਸਾਂ, ਮਸਲ ਬਾਰਿਸ਼ ਹੋਣੇ ਨਾਲ ਪਾਣੀ ਅਤੇ ਕੀਚੜ ਕਿਤਨਾ ਹੋ ਗਿਆ ਸਾਡੇ ਗਾਓਂ 'ਚ, ਅਤੇ ਕਿਆ ਹਾਲਤ ਹੋ ਗਈ ਹੈ ਗਾਓਂ ਨਹੀਂ, ਤਾਂ ਉਹ ਜੁਲਾ ਹੁਣ ਬਾਹਰ ਤੁਸੀਂ ਗਾਓਂ ਨਾਲ ਵਿਜ਼ਿਟ ਕਰਾਂ ਆਪਣੇ ਨਾਲ। ਦੇਖੋ ਦੋਸਤੋ ਇਹ ਗਲੀ 'ਚ ਪਾਣੀ ਕਿਤਨਾ ਰੁਕਿਆ ਵੈ, ਪਾਣੀ ਹੋ ਗਿਆ ਗਲੀਆਂ 'ਚ, ਨਿਕਾਸੀ ਨਾਲ ਬੰਦੋਬਸਤ ਕੋਈ ਨਹੀਂ ਇੱਥੇ ਅਸਾਂ ਨੇ ਗਾਓਂ 'ਚ, ਦੇਖੋ ਜੀ ਇਹ ਗਲੀ ਹੈ, ਪਤਾ ਲੱਗਣਾ ਜੀ ਇੱਥੇ ਤਲਾਬ ਖਲਤੇ ਹੈ, ਦੇਖੋ ਜੀ ਇਤਨਾ ਪਾਣੀ ਹੈ ਗਲੀ 'ਚ, ਤਲਾਬ ਆ ਨਾ ਤਲਾਬ ਖਲਤੇ, ਦੇਖੋ ਮੈਂ ਜਾਣਾ ਪਿਆ ਪਾਣੀ ਹੈ, ਜੋ ਸਾਰਾ ਬਾਰਿਸ਼ ਦਾ ਪਾਣੀ ਹੈ, ਗਲੀਆਂ ਤਾਂ ਪੱਕੀਆਂ ਨੇ ਸਾਨੂੰ ਗਾਉਣੀਆਂ, ਪਰ ਪਾਣੀ ਫਿਰ ਵੀ ਜਿਹੜਾ ਨਾ ਇੱਥੇ ਖਲ ਜਾਣਾ ਮੈਂ, ਸੀਵਰੇਜ ਲੈਣ ਪਈ ਹੈ ਪਰ ਬੰਦਿਆਂ ਇੱਥੇ ਸੀਵਰੇਜ ਲੈਣ ਵਿੱਚ ਪੈਪ ਆਪਣੇ ਕੋਲ ਨਹੀਂ, ਪਾਣੀਆਂ ਨੇ ਸਟੇ ਤਾਂ ਇਸ ਤਰ੍ਹਾਂ, ਤਾਂ ਹੀ ਗਲੀਆਂ 'ਚ ਪਾਣੀ ਖਲਣਾ ਹੈ, ਦੇਖੋ ਸਾਰੀਆਂ ਗਲੀਆਂ 'ਚ ਪਾਣੀ ਹੈ, ਦੇਖੋ ਦੋਸਤੋ ਅਜੇ ਵੀ ਬਾਦਲ ਕਾਲੇ ਛਾਏ ਨਾ, ਬਾਰਿਸ਼ ਅਜੇ ਵੀ ਜਾਣੀ ਪਈ ਖਤਮ ਹੋਣ ਗਈ, ਵੱਖਰੇ ਲੱਗੀ ਹੈ, ਹੁਣ ਥੋੜ੍ਹੀ ਰੁਕੀ ਹੈ, ਦੇਖੋ ਕਣਕਾਂ ਬਿਲਕੁਲ ਤਿਆਰ ਨ, ਅਤੇ ਬਾਰਿਸ਼ਾਂ ਦੀ ਵਜ੍ਹਾ ਤੋਂ ਹੁਣੇ ਖਰਾਬ ਹੋ ਜਾ ਸਨ, ਦੇਖੋ ਹਵਾ ਨਾਲ ਕਣਕ ਖਰਾਬ ਹੋ ਗਈ ਹੈ,
ਦੇਖੋ ਦੋਸਤੋ, ਜ਼ਮੀਨਾਂ ਰਸਤੇ 'ਚ ਕਿਤਨਾ ਪਾਣੀ ਖੜ੍ਹਾ ਹੋ ਗਿਆ ਅਤੇ ਕੀਚੜ ਵੀ ਹੋ ਗਿਆ। ਹੁਣ ਇਹ ਪੈਦਲ ਚੱਲਣ ਵਾਸਤੇ ਰਸਤਾ ਮੁਸ਼ਕਲ ਹੈ। ਜਿਹੜਾ ਬੰਦਾ ਇੱਧਰ ਪੈਦਲ ਆਪਸੀ ਤਾਂ ਉਸਨੇ ਕੱਪੜੇ ਵੀ ਖਰਾਬ ਹੋ ਸਨ, ਕੀਚੜੀ ਕੀਚੜ ਹੈ ਤੱਕੋ ਸਾਰੇ ਪਾਸਾ ਹੋਇਆ ਬਾਰਿਸ਼ਾਂ ਨਾਲ। ਇਹ ਰਸਤਾ ਜਿਹੜਾ ਚੁਆਣਾ ਗਾਉਂ ਵੱਲ ਜਾਣਾ ਵੈ ਤਾਂ ਕੋਈ ਇੱਧਰ ਵੀ ਪਾਣੀ ਸਾਰਾ ਖਲਤੇ ਆ ਵੈ ਰਸਤੇ 'ਚ, ਤਾਂ ਕਣਕਾਂ ਤੱਕ ਖਰਾਬ ਹੋ ਗਈਆਂ ਨੇ ਬਾਰਿਸ਼ਾਂ ਦੀ ਵਜ੍ਹਾ ਤੋਂ। ਉਸ ਤੋਂ ਬਾਰਿਸ਼ ਤਾਂ ਰੁਕ ਗਈ ਹੈ ਤਾਂ ਹੁਣ ਮੇਰੇ ਦੋਸਤ ਰੇਸ ਭਾਈ ਔਰ ਲਵ ਗਿਨਮੀ ਰਸਤੇ 'ਚ ਆ, ਉਹਨਾਂ ਨਾਲ ਗੱਲਬਾਤ ਕਰੀਏ ਅਤੇ ਪੁੱਛੀਏ ਜੀ ਬਾਰਿਸ਼ ਕੈਸੀ ਹੋਈ ਹੈ। ਸਲਾਮ ਅਲੈਕੁਮ ਰੇਸ ਭਾਈ, ਕਿਆ ਠੀਕ ਹੋ ਜੀ? ਜੀ ਠੀਕ ਠਾਕ ਹੈ। ਹੋਰ ਸੁਣਾਓ, ਸਿਹਤ ਵੀ ਠੀਕ ਹੈ? ਬਾਰਿਸ਼ ਕੈਸੀ ਹੋਈ ਹੈ ਜਨਾਬ? ਅਲਹਮਦੁਲਿਲਾ ਜ਼ਬਰਦਸਤ ਜ਼ਬਰਦਸਤ, ਚੰਗੀ ਬਾਰਿਸ਼ ਹੋਈ ਹੈ। ਤੇ ਕਣਕਾਂ ਜਿਹੜੀਆਂ ਨੇ ਬਾਰਿਸ਼ਾਂ ਦੀ ਵਜ੍ਹਾ ਤੋਂ ਨੁਕਸਾਨ ਹੋ ਗਿਆ ਹੋਣਾ ਸਾਫ ਜ਼ਹਿਰ ਹੈ, ਤਾਂ ਚਲੋ ਨੁਕਸਾਨ ਨਹੀਂ, ਅੱਲਾ ਦੀ ਰਹਿਮਤ ਹੈ, ਹੁਣ ਅੱਲਾ ਰੰਗ ਹੈ, ਜ਼ੋਰ ਤਾਂ ਨਹੀਂ ਚੱਲਣਾ ਅਸਾਂ ਨਾ। ਜੀ ਹਾਂ, ਮੌਸਮ ਖੁਸ਼ਗਵਾਰ ਹੋ ਗਿਆ, ਮੌਸਮ ਖੁਸ਼ਗਵਾਰ ਹੋ ਗਿਆ। ਤੇ ਹੋਰ ਜਿਹੜਾ ਹੈ ਅਸਾਂ ਨੇ ਗਾਉਂ 'ਚ ਗਲੀਆਂ ਹੀ ਮੈਸੇਜ ਗਿਆ ਪਾਣੀ ਦੱਸਿਆ ਨਾ ਮੈਂ ਜੀ, ਤਾਂ ਰਸਤਿਆਂ ਖਿੱਚ ਇਸ ਨਾਲ ਕਿਆ ਅਸਾਂ ਬਾਰਿਸ਼ ਕਿਆ ਆਣੇ ਹੋ? ਇਸ ਨੇ ਬਾਰਿਸ਼ ਹੀ ਆਣਿਆ ਤੱਕ ਨਿਕਾਸੀ ਨਾਲ ਸਿਸਟਮ ਕੋਨੀ, ਸੀਵਰੇਜ ਨਾਲ ਨਿਜ਼ਾਮ ਕੋਨੀ, ਸੀਵਰੇਜ ਤਾਂ ਪਈ ਹੈ ਅਸਾਂ ਗਾਉਂ 'ਚ, ਤਾਂ ਨਿਕਾਸੀ ਨਾਲ ਅੱਗੇ ਸਿਸਟਮ ਕੋਨੀ ਕੱਸੀ ਹੋ ਗਈ ਹੈ ਬੰਦ। ਠੀਕ ਹੈ, ਇਸ ਵਜ੍ਹਾ ਤੋਂ ਤੱਕ ਆ ਜਾਏਗਾ, ਚਿੱਕੜ ਚਿੱਕੜ ਹੈ ਜੀ ਰਸਤੇ 'ਚ, ਬੰਦੇ ਪਰੇਸ਼ਾਨੀ ਹੈ, ਬੰਦੇ ਨਮਾਜ਼ੀ ਜਾਣੇ ਨੇ, ਮੁਸ਼ਕਲਾਂ ਹੈ ਜੀ। ਤੇ ਸਿਆਸੀ ਹਰ 5 ਸਾਲ ਜਿਲ੍ਹਾ ਇਲੈਕਸ਼ਨ ਆਉਣਾ ਉਹਲਾ ਸਬਜ਼ ਬਾਗ ਦਾ ਸਕੱਟਰ ਜਾਣੇ ਤਾਂ ਬਾਅਦ ਵਿੱਚ ਭੁੱਲ ਜਾਣੇ ਨੇ ਵੀ ਇਹ ਵੀ ਗਾਉਂ ਆਇਆ। ਗਲੀਆਂ ਤਾਂ ਸਿਆਸੀ ਪੱਕੀ ਕਰਾਈਆਂ ਨੇ, ਕੋਈ ਮਿਸਤਰੀ ਕਿਹੜੇ ਲਾਇਸ ਨੇ, ਕੋਈ ਨਹੀਂ ਪਤਾ ਹੀ ਕੋਈ, ਗਲੀਆਂ ਫਿਰ ਪਾਣੀ ਖਲਦੇ ਆ। ਬਿਲਕੁਲ, ਸੀਵਰੇਜ ਨਾਲ ਨਿਜ਼ਾਮ ਕੋਈ, ਸਿਆਸੀ ਆਉਣੇ ਨੇ ਇੱਥੇ ਜਨਾਬ, ਵੋਟਰ ਵੋਟਾਂ ਲੈ ਕੇ ਤਾਂ ਸਬਜ਼ ਬਾਗ ਦਾ ਸਕੱਟਰ ਜਾਣੇ, ਉਹਨੀ ਵੋਟਾਂ ਦੀ ਲੋੜ ਹੋਣੀਆਂ ਨੇ, ਉਹਨਾਂ ਆਉਣੇ ਜੀ ਇਹ ਕਰਸਾਂ ਉਹ ਕਰਸਾਂ, ਤੇ ਜਿਲ੍ਹਾ ਵੋਟ ਲੱਭ ਜਾਣੇ ਨੇ ਉਸ ਤੋਂ ਬਾਅਦ ਆਉਣੇ ਜੀ ਅਸਾਂ ਕੋਣ, ਤਾਂ ਤੁਸਾਂ ਬਿਲਕੁਲ ਹੀ ਆਈ ਹੈ। ਤਾਂ ਹੁਣ ਇਹ ਗਾਉਂ ਚੰਨੂ ਚੱਕ ਵਾਸਤੇ ਮਸਲਾ ਵੈ, ਤੁਸੀਂ ਹੋਰ ਗਾਉਂ ਵੀ ਤੱਕੇ ਹੋ ਸਨ, ਮੈਂ ਵੀ ਤੱਕੇ ਨਾ, ਹੋਰ ਗਾਉਂ 'ਚ ਮਸਲਾ ਹੈ। ਮੇਰੇ ਖਿਆਲ 'ਚ ਹੀ ਇਹ ਚੰਨੂ ਚੱਕ ਹੀ ਮਸਲਾ, ਬਾਕੀ ਤਕਰੀਬਨ ਹਰ ਗ੍ਰਾਮ ਹੈ ਤੱਕਿਆ ਠੀਕ ਹੈ, ਸਿਆਸੀ ਹੋਰਾਂ ਗ੍ਰਾਮਾਂ ਸਹੀ ਕੰਮ ਕਰਾਉਣੇ ਜੀ, ਇਸੀ ਗ੍ਰਾਮ ਕਿਸੇ ਵੀ ਵਰਗਾ ਮਾਲ ਬਣਾਏ ਨੇ। ਚਲੋ ਜੀ, ਅੱਲਾ ਪਾਕ ਸਾਰੇ ਸਿਆਸੀਆਂ ਕੀ ਵੋਟਰਾਂ ਕੀ ਜਿਹੜਾ ਨਾ ਅਧਿਆਤ ਦੇਣ ਕਰਾ ਜੀ। ਤਾਂ ਮੌਸਮ ਤਾਂ ਚਲੋ ਵੈਸੇ ਖੁਸ਼ਗਵਾਰ ਹੋ ਗਿਆ, ਪਰ ਛਿੱਕੜ ਛਿੱਕੜ ਸ਼ੁਭ ਚੜ ਸੀ, ਤਾਂ ਮੌਸਮ ਖੁਸ਼ਗਵਾਰ ਹੋ ਗਿਆ ਸੀ, ਠੀਕ ਹੋਏ ਸੀ ਰਸਤਾ ਉਸ ਨੂੰ। ਤਾਂ ਦੂਆ ਨੰਬਰ ਬਾਓ, ਕੱਲ੍ਹ ਵੀ ਬਾਰਿਸ਼ ਬਾਈ ਨੇ ਜੀ? ਕੱਲ੍ਹ ਵੀ ਬਾਈ ਨੇ, ਕੱਲ੍ਹ ਜ਼ਿਆਦਾ ਬਾਈ ਨੇ ਥੋੜ੍ਹੀ ਜੀ, ਜ਼ਿਆਦਾ ਬਾਈ ਨੇ। ਇਹ ਜਾਤਲਾਂ ਦੀ ਸਾਈਡ ਅੱਜ ਚੰਗੇ ਭੱਲੇ ਜਨਾਬ, ਉੱਥੇ ਬਰਫਬਾਰੀ ਹੋਈ ਹੈ ਜੀ। ਤਾਂ ਇਹ ਦੂਆ ਨੰਬਰ ਬੈਰੂਨੇ ਮੁਲਕ ਬਾਰਿਸ਼ਾਂ ਹੋਣੀਆਂ ਨੇ ਜਾਂ ਇਸਲਾਮਾਬਾਦ ਵੀ ਹੋਣੀਆਂ, ਸ਼ਹਿਰਾਂ 'ਚ ਉੱਥੇ ਇਹ ਮਸਲੇ ਮਸਾਇਲ ਹੀ ਹੋਣੇ, ਗ੍ਰਾਮਾਂ 'ਚ ਜ਼ਿਆਦਾ ਮਸਲੇ ਮਸਾਇਲ ਹੋਣੇ। ਬਿਲਕੁਲ ਬਿਲਕੁਲ, ਕਿਉਂ ਲਾ ਇੱਥੇ ਹੁਕਮਰਾਨ ਜਿਹੜੇ ਹੋਣੇ ਨੇ ਉਹ ਸੀਵਰੇਜ ਦਾ ਨਿਜ਼ਾਮ ਜਾਂ ਸੜਕਾਂ ਪੱਕੀਆਂ ਨਹੀਂ ਗਲੀਆਂ ਕਰਨੇ, ਸ਼ਹਿਰਾਂ 'ਚ ਹਰ ਚੀਜ਼ ਪੱਕੀ ਹੋਣੀ ਹੈ ਜੀ। ਮੁਸ਼ਕਲ ਹੈ ਜਨਾਬ, ਤੱਕ ਲੋ ਚਿੱਕੜ ਚਿੱਕੜ ਹੋਇਆ, ਨਮਾਜ਼ ਨਮਾਜ਼ੀ ਨਮਾਜ਼ ਪੜ੍ਹਨ ਵਾਸਤੇ ਜਾਣੇ ਨੂੰ ਮੁਸ਼ਕਲ ਹੈ ਉਹਨਾਂ ਵਾਸਤੇ। ਬਾਜੀ ਤੋਂ ਬਾਸ ਤਖਵਾਰ, ਅੱਲਾ ਸਾਰੀਆਂ ਦੇ ਆਦ ਆ ਜੀ, ਦੇ ਹਿਸਾਬ ਕਨਾਵਾ ਜਿਹੜੇ ਹੁਕਮਰਾਨ ਨੇ ਜਾਂ ਜਿਹੜੇ ਵੀ ਸਿਆਸੀ ਬੰਦੇ ਇੱਥੇ ਵੋਟ ਲੈਣ ਉਹਨੇ, ਅੱਲਾ ਤੇ ਆਦਿਆ ਕਨਾ ਮੈਂ, ਤਾਂ ਸਾਨੂੰ ਚੰਨੂ ਚੱਕ ਨੇ ਮਿਸਾਇਲ ਹੋਣੇ ਚਾਹੀਦੇ, ਖਾਸ ਕਰ ਇੱਥੇ ਨੇ ਬੰਦੀ ਅੱਲਾ ਜ਼ਿਆਦਾ ਹਦਾਇਤ ਦੇ ਆਲ ਹੋਣੇ ਚਾਹੀਦੇ ਨੇ ਜੀ। ਚਲੋ ਜੀ, ਤੁਸਾਂ ਨਾਲ ਗੱਲਬਾਤ ਕੀਤੀ ਹੈ ਜਨਾਬ, ਤਾਂ ਮੌਸਮ ਖੁਸ਼ਗਵਾਰ ਹੈ, ਤਾਂ ਅੱਲਾ ਤੁਹਾਨੂੰ ਸਿਹਤ ਦਿਆ, ਖੁਸ਼ ਰਹੋ ਜਨਾਬ। ਆਮੀਨ ਆਮੀਨ ਜਨਾਬ। ਅਸਾਂ ਨੇ ਗਾਉਂ ਨਾ ਮੈਂ ਰਸਤਾ ਵੈ, ਇੱਥੇ ਵੀ ਤੱਕੋ ਜੀ ਇਹ ਪੱਕਾ ਰਸਤਾ ਕੋਣੀ, ਇੱਥੇ ਵੀ ਤੱਕੋ ਪਾਣੀ ਖਲਤੇ ਆ ਕਿਤਨਾ ਬਾਰਿਸ਼ਾਂ ਨਾਲ, ਬਾਰਿਸ਼ ਜ਼ਿਆਦਾ ਹੋਵੇ ਤਾਂ ਅਸਾਂ ਨੇ ਗਾਉਂ ਦੀ ਹਾਲਤ ਖਰਾਬ ਹੋ ਜਾਣੀ ਹੈ ਰਸਤਿਆਂ ਦੀ ਤੱਕੋ। ਸਿਆਸੀ ਬੰਦੇ ਆਉਣੇ ਨੇ, ਵਾਅਦੇ ਕਰਨੇ ਨੇ, ਫਿਰ ਕੋਣੀ ਪੂਰੇ ਕਰਨੇ। ਅਸਾਂ ਨੇ ਗਾਉਂ ਨਹੀਂ
ਕੱਸੀ ਹੈ ਜੀ, ਨਾਲਾ ਆਣੇ ਕਹਿੰਦਾ ਮੈਂ ਤੱਕੋ ਜੀ, ਇਸ ਨਾਲੇ 'ਚ ਕਿਤਨੀ ਹੈ ਬੂਟੀ ਜੀ ਹੋਈ ਹੈ ਅਤੇ ਕੱਸੀ ਬੰਦ ਹੈ ਤਾਂ ਪਾਣੀ ਜੀ ਲੈ ਕਸਾ ਆਉਣਾ ਮੈਂ ਇਹ ਪੁੱਲੀ ਹੈ, ਜਿਹਦਾ ਕਸਾ ਆਉਣਾ ਕਹਿੰਦਾ ਮੈਂ ਤਾਂ ਪਾਣੀ ਫਿਰ ਜ਼ਮੀਨਾਂ 'ਚ ਫੈਲ ਜਾਣਾ ਮੈਂ ਤੱਕੋ। ਇਹ ਅਸਾਂ ਜਿਹੜੀ ਗਾਉਣੀ ਕਸ ਹੈ ਉਸਨੀ ਹਾਲਤ ਹੈ ਤੱਕੋ, ਇਹ ਸਾਰੀ ਬੂਟੀ ਇੱਥੇ ਹੋਈ ਹੈ ਅਤੇ ਇਹ ਪਾਣੀ ਅੱਗੇ ਨਹੀਂ ਜਾਣ ਦੇਣੀ ਅਤੇ ਫਿਰ ਜ਼ਮੀਨਾਂ 'ਚ ਪਾਣੀ ਫੈਲਣਾ ਮੈਂ ਅਤੇ ਫਿਰ ਸਾਰਾ ਕਿਚੜ ਹੋ ਜਾਣਾ ਮੈਂ। ਇਹ ਵੀ ਕੋਈ ਗਰਾਂ ਤਵੱਜੋ ਦੇ ਰਹੇ ਕੋਈ ਮਸਾਂ ਜੀ, ਇਹ ਕੱਸੀ ਨਾਲ ਕੱਢਿਆ ਜਾਏ ਕੋਈ ਸਫਾਈ ਕਰਾਈ ਜਾਏ, ਇਹ ਨਾਲ ਮੈਨ ਰੋਡ ਹੈ ਇਹ ਤੱਕੋ। ਇਹ ਸਾਰੀ ਜਿਹੜੀ ਤੁਸੀਂ ਇਹ ਨਜ਼ਰ ਆ ਰਹੀ ਹੈ ਇਹ ਸਭ ਕਸ ਹੈ। ਤੋ ਮੇਰੇ ਇੱਕ ਦੋਸਤ ਗਾਓ ਨੇ ਇੱਕ ਹੋਰ ਮਿਲ ਗਏ, ਉਹਨਾਂ ਨੇ ਗੱਲਬਾਤ ਕਰੀਏ। ਸਲਾਮ ਅਲੈਕੁਮ। ਕੀ ਹਾਲ ਹੈ ਜੀ? ਠੀਕ ਠਾਕ। ਕਿਆ ਨਾਂ ਤੁਸਾਂ? ਅੱਛਾ ਈਸਾ ਭਾਈ, ਕੀ ਹਾਲ ਹੈ? ਠੀਕ ਹੋ? ਅੱਲਾ ਨੇ ਸ਼ੁਕਰ। ਬਾਰਿਸ਼ ਕੈਸੀ ਹੋਈ ਹੈ ਜਨਾਬ? ਮਾਸ਼ਾਅੱਲਾ ਜੀ, ਬਾਰਿਸ਼ ਅੱਛੀ ਲੱਗ ਰਹੀ ਹੈ, ਅੱਲਾ ਦੀ ਰਹਿਮਤ ਹੈ। ਦੋ ਦਿਨ ਤੋਂ ਹੋਰ ਦੱਸੀ ਹੈ ਮੈਨੂੰ, ਫਿਰ ਸਟਾਰਟ ਹੋ ਗਈ ਹੈ ਜੀ ਬਾਰਿਸ਼ ਲੱਗੀ ਹੈ। ਤੇ ਇਹ ਦੱਸੋ ਜਿਹੜਾ ਇਸਨੇ ਗਾਉਂ 'ਚ ਗਲੀਆਂ 'ਚ ਚਿੱਕੜ ਤੇ ਪਾਣੀ ਸ਼ਾਣੀ ਖੱਲਾਂ ਮੈਂ, ਇਸਨੇ ਬਾਰੇ ਤੁਸੀਂ ਕਿਆ ਆਣੇ ਹੋ? ਜਨਾਬ ਸਾਨੇ ਗਰਾਂ ਦੀ ਹੈ ਜਿਹੜੀ ਹੈ ਕੱਸੀ 'ਚ ਸੀਵਰੇਜ ਪੀ ਹੈ, ਇਹ ਵੀ ਬੰਦ ਹੋਈ ਹੈ ਲੱਗਣਾ ਜੀ ਜੀ, ਤੇ ਕਹਿਣਾ ਗਲੀਆਂ 'ਚ ਪਾਣੀ ਖਲੋਣਾ ਨਮਾਜ਼ੀਆਂ ਵਾਸਤੇ ਮੁਸ਼ਕਿਲ ਹੋਣੀ ਹੈ, ਤੇ ਇਹ ਰੋਡਾਂ ਬੜੀ ਪਾਣੀ ਖੁੱਲਣਾ ਸਿਆਸੀ ਆਮਣੇ ਨੇ ਗਲੀਆਂ ਪੱਕੀਆਂ ਕਰਾਉਣੇ ਨੇ ਤੇ ਉਸ ਤੋਂ ਬਾਅਦ ਜਨਾਬ ਸਿਆਸੀ ਵੀ 5 ਸਾਲਾਂ ਬਾਅਦ ਗ੍ਰਾਂ ਚੱਕਰ ਲਾਣੇ ਜਿਲ੍ਹਾ ਆਪਣਾ ਕੰਮ ਕੱਢਣਾ ਹੋਇਆ ਤੇ ਅਸੀਂ ਪੈਸੇ ਕੋਈ ਨਹੀਂ ਚੱਕਰ ਲਾਣੇ ਤੇ ਇਸਨੇ ਹੁਣ ਕਿਸ ਤਰ੍ਹਾਂ ਹਾਲੇ ਲਿਓ ਸੀ ਜਿਹੜੇ ਬਾਏ ਕੱਸੀ, ਫਿਰ ਕੋਈ ਸਾਫ਼ ਸਾਫ਼ ਕਰਾਉਣੀ? ਕੱਸੀ ਜਨਾਬ ਪਿੱਛੋਂ ਬੰਦ ਹੋਈ ਹੈ, ਇਹ ਜ਼ਮੀਨਾਂ 'ਚ ਪਾਣੀ ਜਾਣਾ ਪਿੱਛੋਂ ਤਾਂ ਅੱਗੇ ਕੋਈ ਨਹੀਂ ਚੱਲਣੀ ਕਸ, ਠੀਕ ਹੈ? ਪਹਿਲਾਂ ਹੀ ਆ ਸਾਨੂੰ ਗ੍ਰਾਮ ਪਰ ਰਹਿਮ ਕਰਿਆ, ਪਰ ਨਿਜ਼ਾਮ ਨਹੀਂ ਨਹੀਂ ਭਾਈ, ਦੱਸਾਂ ਨਾ ਗ੍ਰਾਂ ਹੀ ਹੈ ਜਿੱਥੇ ਨਿਕਾਸੀ ਨਾ ਬਦਮਾਸ਼ ਕਰਨੀ, ਠੀਕ ਹੈ? ਬਾਕੀ ਸਾਰੇ ਗ੍ਰਾਂ ਠੀਕ ਹੈ, ਗ੍ਰਾਂ ਮਸਲਾ ਬਣ ਜਾਣਾ ਹੈ, ਪਾਣੀ ਖਲੋ ਜਾਣਾ ਸਾਨੂੰ ਗ੍ਰਾਂ ਵਾਈ ਦੱਸਾਂ ਗ੍ਰਾਂ ਜਿੱਥੇ ਜਨਾਬ ਸਿਸਟਮ ਕੋਈ ਨਹੀਂ ਬਣ ਜੀ। ਚਲੋ ਜੀ, ਅੱਲਾਹ ਤਾਲਾ ਜਿਹੜੇ ਸਿਆਸੀ ਬੰਦੇ ਉਹਨਾਂ ਕੋਈ ਦਇਆ ਦਿਆ ਹੈ, ਬਸ ਅਸਾਂ ਗ੍ਰਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਇਹੀ ਗੱਲ ਹੈ, ਮਸਲਾ ਹੱਲ ਹੋਣ ਜਾਏ ਨਮਾਜ਼ੀ ਜਾਣੇ ਨੇ, ਉਹਨਾਂ ਨੇ ਕੱਪੜੇ ਪਲੀਤ ਹੋ ਜਾਣੇ ਨੇ, ਗੰਦੇ ਹੋ ਜਾਣੇ ਨੇ, ਪਾਣੀ ਖਲੋ ਜਾਣਾ, ਚਿੱਕਰ ਹੋ ਜਾਣ। ਗੱਲਬਾਤ ਕੀਤੀ ਈਸਾ ਸਾਹਿਬ ਤਾਂ ਬਹੁਤ ਅੱਛਾ ਲੱਗਿਆ, ਅੱਲਾਹ ਤਾਲਾ ਤੁਸੀਂ ਸਿਹਤ ਦਿਆ, ਸ਼ੁਕਰੀਆ ਮਿਹਰਬਾਨੀ ਜਨਾਬ, ਥੈਂਕ ਯੂ। ਤੋ ਮੇਰੇ ਇੱਕ ਹੋਰ ਦੋਸਤ ਮਿਲ ਗਏ ਨੇ, ਮੋਟਰਸਾਈਕਲ ਤੇ ਬੈਠੇ ਨੇ, ਦਾ ਉਹਨਾਂ ਨਾਲ ਗੱਲਬਾਤ ਕਰੀਏ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਕਿਆ ਨਾਂ ਤੁਸਾਂ ਜੀ? ਮੇਰਾ ਨਾਮ ਫਾਦ ਹੈ ਜੀ। ਠੀਕ ਹੈ ਜੀ, ਕਿਆ ਹਾਲ ਹੈ ਸਿਹਤ? ਠੀਕ ਹੈ ਜੀ, ਠੀਕ ਠਾਕ। ਬਾਰਿਸ਼ ਕੈਸੀ ਹੋਈ ਹੈ ਜਨਾਬ? ਬਾਰਿਸ਼ ਅਲਹਮਦੁਲਿਲਾ ਠੀਕ ਹੈ, ਪਰ ਕਣਕਾਂ ਨਾ ਆਇਆ ਥੋੜ੍ਹਾ ਜਿਹਾ ਜੀ, ਕਣਕਾਂ ਨੁਕਸਾਨ ਹੋ ਗਿਆ, ਆਟਾ ਮਹਿੰਗਾ ਹੋ ਗਿਆ ਸੀ ਹੈ ਜੀ। ਬਿਲਕੁਲ। ਤੇ ਹੋਰ ਅਸਾਂ ਨੇ ਗਾਓ ਜਿਹੜਾ ਬਾਰਿਸ਼ ਹੋਣੀ ਹੈ, ਚੰਨੂ ਚੱਕ ਜੇ ਜਗ੍ਹਾ ਜਗ੍ਹਾ ਪਾਣੀ ਖਲਣਾ ਹੈ, ਚੜਾ ਇਸਨੇ ਬਾਰਿਸ਼ ਘਾਣੇ ਹੋ? ਇਹ ਬਸ ਰੋਡਾਂ ਦਾ ਪੱਕੀਆਂ, ਪਰ ਇਹ ਜਿਹੜਾ ਪਾਣੀ ਹੈ ਨੇ ਨਿਕਾਸੀ ਕੋਣੀ ਜੀ, ਇਹ ਮੈਂ ਮਸਲਾ ਨਿਕਾਸੀ ਨੇ ਅਸਾਂ ਨੇ ਕਰਾਉਣਾ, ਸਿਆਸੀ ਬੰਦੇ ਵੋਟ ਲੈਣ ਆਉਣੇ ਕੋਣ ਆਣੇ ਮਸਲਾ ਮਸਾਲਾ ਚਾਨੂੰ ਚੱਕਣਾ ਦੱਸਣੇ ਆ, ਬਸ ਆਣੇ ਕਰਨੇ ਆ ਫਿਰ ਬਾਅਦ ਵਿੱਚ ਉਹਨੇ ਯਾਦ ਹੀ ਨਹੀਂ ਰਹਿਣਾ, ਸਬਜ਼ ਬਾਗ ਸਾਲ ਘੱਟ ਹੋ ਜਾਣੇ। ਚਲੋ ਜੀ, ਅੱਲਾਹ ਤਾਲਾ ਦਇਆ ਦਿਆ ਇਹਨਾਂ ਸਿਆਸੀ ਬੰਦਿਆਂ ਕੀ ਵੀ, ਇਹ ਨਮਾਜ਼ੀਆਂ ਵਾਸਤੇ ਖਾਸ ਤੌਰ ਤੇ ਇਹ ਮਸਲਾ ਮਸਾਇਲ ਬਣਦਾ ਮਸਾਂ ਜੀ, ਕਿ ਜਿਹੜਾ ਪਾਣੀ ਛੱਟੇ ਪੈਣੇ ਕਹਿੰਦਾ ਮੈਂ ਕੱਪੜਿਆਂ ਨੇ। ਚਲੋ ਜੀ, ਤਾਂ ਹੋਰ ਮਸਲਾ ਗਾਉਣ ਦੇ ਬਾਰੇ ਸਾ ਕਿਆ ਆਖਣਾ ਚਾਹੁੰਦੇ ਹੋ ਮਸਾਂ ਹਰ ਬੰਦੇ, ਕਿ ਕਿਆ ਕਰਨਾ ਚਾਹੀਦਾ ਨਿਜ਼ਾਮ ਮਸਾਂ ਇਸ ਬਾਰੇ? ਇਹ ਬਸ ਹੁਣ ਬੋਲਣਾ ਚਾਹੀਦਾ, ਇਹ ਵੀ ਚੁੱਪ ਕੀਤੇ ਨੇ ਗ੍ਰਾਂ ਨੇ ਵੀ, ਬਸ 2 ਮਿੰਟ ਬੋਲ ਲੈਣਾ, ਚੁੱਪ ਕਰ ਰਹੇ ਇੱਕ ਦੂਜੇ ਨਾਲ ਮੂੰਹ ਰੱਖ ਜਾਣੇ ਨੇ ਬਸ। ਬਿਲਕੁਲ। ਬਸ ਜੀ, ਚਲੋ ਜੀ, ਅੱਲਾਹ ਤਾਲਾ ਸਾਰਿਆਂ ਦੇ ਹੈਦ ਹੈ, ਤੁਸਾਂ ਨਾਲ ਗੱਲਬਾਤ ਕੀਤੀ ਜਨਾਬ, ਬਹੁਤ ਖੁਸ਼ੀ ਹੋਈ ਹੈ, ਮਿਹਰਬਾਨੀ, ਸ਼ੁਕਰੀਆ। ਦੋਸਤੋ, ਮੈਂ ਉਮੀਦ ਕਰਨਾ ਆਪ ਸਾਰੇ ਨੇ ਮੇਰੀ ਵੀਡੀਓ ਲਾਈਕ ਕਰ ਸੋ, ਸ਼ੇਅਰ ਕਰ ਸੋ ਦੋਸਤਾਂ ਕੀ, ਤਾਂ ਕਮਰਾਨ ਸ਼ਹਿਜ਼ਾਦ ਕਸ਼ਮੀਰੀ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਸੋ, ਤਾਂ ਤੁਸੀਂ ਬਾਰਿਸ਼ ਦੀ ਵਜ੍ਹਾ ਤੋਂ ਜਿਹੜੀਆਂ ਸਾਨੇ ਗਾਓਂ ਚਨੂੰ ਚੱਕ ਮਸਲੇ ਮਸਾਇਲ ਉਹਨਾਂ ਨੇ ਬਾਰੇ 'ਚ ਮੁਲਤਲੀ ਬੰਦਿਆਂ ਕੋਲੋਂ ਪੁੱਛਿਆ ਵੈ, ਤਾਂ ਉਮੀਦ ਕਰਨਾ ਤੁਸੀਂ ਮੇਰੀ ਆਨੀ ਵੀਡੀਓ ਲਾਈਕ ਕਰ ਸੋ, ਮਿਲਦੇ ਹਾਂ ਨੈਕਸਟ ਵੀਡੀਓ ਤੱਕ, ਸਾਰੇ ਦੋਸਤ ਯਾਰ ਆਪਣਾ ਹਾਸ ਯਾਰ ਰੱਖੇ, ਦੁਆਵਾਂ ਯਾਦ ਰੱਖੇ, ਅੱਲਾਹ ਸੋਹਣੇ ਨੇ ਵਾਲਾ ਹੈ।